ਪਹਿਲਾਂ ਨਾ ਜਾਇਓ, ਆਪਾਂ ਇੱਥੇ ਬੈਠੇ ਰਹੀਏ। ਜੇ ਗ੍ਰਿਫਤਾਰੀ ਦੇਣੀ ਵੀ ਆ, ਆਪਾਂ 5 ਤਰੀਕ ਨੂੰ ਦੇਵਾਂਗੇ ਅਖੀਰ ਦੇ ਦਿਨ। ਅੱਜ ਤੇ ਕੱਲ੍ਹ ਆਪਾਂ ਗ੍ਰਿਫਤਾਰੀ ਨਹੀਂ ਦੇਣੀ। ਆਪਣੇ ਸੱਜਣਾ ਮਿੱਤਰਾਂ ਨੂੰ ਨਾਲ ਲੈ ਕੇ 7 ਤਰੀਕ ਨੂੰ ਠੀਕ ਦਿਨ ਦੇ 11 ਵਜੇ ਜੋਗੀ ਦੀ ਧਰਤੀ ਤੇ ਪਹੁੰਚਣਾ। ਜਿਹੜਾ 8, 9 ਤੇ 10 ਦਾ ਇਹਦਾ ਪ੍ਰੋਗਰਾਮ ਆ, ਆਪਾਂ ਪ੍ਰਸ਼ਾਸਨ ਨੂੰ ਸੂਚਿਤ ਨਹੀਂ ਕਰਨਾ। ਆਪਣੀ ਰਣਨੀਤੀ ਬਣਾ ਕਰਕੇ ਆਪਾਂ ਫਿਰ ਆਪਣੇ ਤੌਰ ਤੇ ਗੁਰੂ ਸਾਹਿਬ ਦੀ ਸਹਿਯੋਗ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ 8, 9 ਤੇ 10 ਦਾ ਜਿਹੜਾ ਦਾ ਜੋਗੇ ਰਲੇ ਦਾ ਪ੍ਰੋਗਰਾਮ ਰੋਕਾਂਗੇ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਜ਼ਿਲ੍ਹਾ ਸੰਗਰੂਰ 'ਚ ਵਿਰੋਧ ਕਰਨ ਵਾਲੇ ਟਕਸਾਲ ਦੇ ਬਾਬਾ ਅਮਰੀਕ ਸਿੰਘ ਅਜਨਾਲਾ ਦੀ ਖੁਫੀਆ ਆਡੀਓ ਲੀਕ ਹੋ ਗਈ ਹੈ, ਜਿਸ 'ਚ ਅਜਨਾਲਾ ਪਿੰਡ ਕਣਕਵਾਲ ਦੇ ਜ਼ਿਲ੍ਹਾ ਸੰਗਰੂਰ 'ਚ ਆਪਣੇ ਸਾਥੀਆਂ ਨਾਲ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ਼ ਰਣਨੀਤੀ ਬਣਾ ਰਹੇ ਸੀ, ਜੋ ਆਡੀਓ ਤੁਹਾਨੂੰ ਹੈਰਾਨ ਕਰ ਦੇਵੇਗੀ। ਹਾਲਾਂਕਿ ਪੰਜਾਬੀ TV ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ, ਪਰ ਇਹ ਆਡੀਓ ਪੰਜਾਬ ਪੁਲਿਸ ਦੇ ਲਈ ਵੀ ਮੁਸੀਬਤ ਤੋਂ ਘੱਟ ਨਹੀਂ ਹੋਵੇਗੀ, ਕਿਉਂਕਿ ਇਸ ਆਡੀਓ 'ਚ ਜੋ ਅਜਨਾਲਾ ਵੱਲੋਂ ਬੋਲਿਆ ਜਾ ਰਿਹਾ, ਉਹ ਆਉਣ ਵਾਲੇ ਦਿਨਾਂ 'ਚ ਰਣਜੀਤ ਸਿੰਘ ਢੱਡਰੀਆਂਵਾਲਾ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਸਕਦਾ ਹੈ, ਕਿਉਂਕਿ ਢੱਡਰੀਆਂਵਾਲਾ ਵੱਲੋਂ ਆਪਣੇ ਸਮਾਗਮਾਂ ਨੂੰ ਲੈ ਕੇ ਵੀਡੀਓ ਜਨਤਾ ਕੀਤੀ ਗਈ ਸੀ। ਇਸ ਨੂੰ ਲੈ ਕੇ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਪਿੰਡ ਕਣਕਵਾਲ ਭੰਗੂਆ ਵਿਖੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਜੋਗਾ ਵਿਖੇ 8, 9 ਤੇ 10 ਫਰਵਰੀ ਨੂੰ ਹੋਣ ਵਾਲੇ ਦੀਵਾਨਾਂ 'ਚ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਘੇਰਨ ਦੀ ਰਣਨੀਤੀ ਬਣਾ ਦਿੱਤੀ। ਇਹ ਆਡੀਓ ਖੁਫੀਆ ਤੰਤਰ ਦੀਆਂ ਨੀਂਦਾਂ ਜ਼ਰੂਰ ਉਡਾ ਸਕਦੀ ਹੈ। ਹੋ ਸਕਦਾ ਚੱਕ ਦੇ ਤਾਰ ਦੇਣ ਤੇ ਆਪਾਂ ਨੂੰ ਆਉਣਾ ਜਾਣਾ ਮੁਸ਼ਕਲ ਹੋ ਜਾਣਾ। ਮੇਰੀ ਸਾਰੀ ਸੰਗਤ ਨੂੰ ਆਪਣੇ ਵੱਲੋਂ ਨਿਮਰਤਾ ਸਾਹਿਬ ਬੇਨਤੀ ਆ ਕਿ ਆਪਾਂ ਇੱਥੇ ਬੈਠੇ ਰਹੀਏ, ਜਾਣਾ ਨਹੀਂ ਕਿਤੇ ਵੀ। ਕੱਲ੍ਹ ਵੀ ਤੇ ਪਰਸੋਂ ਵੀ ਆਪਾਂ ਨੂੰ ਅੰਦਰ ਬੈਠਿਆ ਤਾਂ ਉਹਨਾਂ ਨੂੰ ਡਰ ਤੇ ਭੈ, ਉਹਨਾਂ ਦੀ ਪਤਾ ਨਹੀਂ ਕਿੰਨੀ ਗਿਣਤੀ ਜਾਂਦੇ ਬੈਠੇ ਆ, ਪਰ ਜਦੋਂ ਇਹਨਾਂ ਨੂੰ ਖੁੱਲ੍ਹੇ ਛੱਡਿਆ ਪਤਾ ਨਹੀਂ ਕੀ ਕਰਨਗੇ। ਬਾਕੀ ਜਿਹੜੇ ਸਿੰਘਾਂ ਦੇ ਕੋਈ ਸ਼ਾਮ ਦੇ ਸਵੇਰ ਦੇ ਰੁਝੇਵੇਂ ਹੁੰਦੇ ਆ, ਉਹਨਾਂ ਨੂੰ ਮੇਰੀ ਬੇਨਤੀ ਆ ਕਿ 4 ਵਜੇ ਤੋਂ ਤੁਸੀਂ ਬਾਹਰ ਜਾਣਾ, ਪਹਿਲਾਂ ਨਾ ਜਾਇਓ। ਆਪਾਂ ਇੱਥੇ ਬੈਠੇ ਰਹੀਏ, ਜੇ ਗ੍ਰਿਫਤਾਰੀ ਦੇਣੀ ਵੀ ਆ, ਆਪਾਂ 5 ਤਰੀਕ ਨੂੰ ਦੇਵਾਂਗੇ ਅਖੀਰ ਦੇ ਦਿਨ। ਅੱਜ ਤੇ ਕੱਲ੍ਹ ਆਪਾਂ ਗ੍ਰਿਫਤਾਰੀ ਨਹੀਂ ਦੇਣੀ। ਬਾਕੀ ਜਿਹੜੀ 8, 9 ਤੇ 10 ਦੇ ਪ੍ਰੋਗਰਾਮ ਆ, ਉਹਦੇ ਸੰਬੰਧ ਵਿੱਚ ਇੱਥੇ ਨਿਹੰਗ ਸਿੰਘ ਆਏ ਆ, ਆਪਣੇ ਪ੍ਰੇਮ ਵਾਲੇ ਆ ਅਤੇ ਪੰਥ ਨਾਲ, ਪੰਥ ਦਾ ਦਰਦ ਅਤੇ ਗੁਰੂ ਨਾਲ ਪਿਆਰ ਰੱਖਣ ਵਾਲੇ ਆ। ਉਹਨਾਂ ਨੇ ਦੱਸਿਆ ਕਿ ਸਾਡੀ ਉਸ ਪਿੰਡ ਦੇ ਵਿੱਚ ਗਣ ਪਛਾਣ ਆ, ਉੱਥੇ ਗੁਰਦੁਆਰਾ ਸਾਹਿਬ ਬਣਿਆ, ਉੱਥੇ ਰਹਿਣ ਸਹਿਣ ਦੀ, ਖਾਣ ਪੀਣ ਦੀ ਸਾਰੀ ਸਹੂਲਤ ਆ। 7 ਤਰੀਕ ਨੂੰ ਆਪਾਂ ਜੋਗੇ ਦੀ ਧਰਤੀ 'ਤੇ ਇਸੇ ਤਰ੍ਹਾਂ ਸਾਰੇ ਸਿੰਘਾਂ ਨੇ ਜਿੱਥੇ ਜਿੱਥੇ ਵੀ ਕਿਸੇ ਦੇ ਸੰਪਰਕ ਆ, ਸੰਬੰਧ ਆ, ਪ੍ਰੇਮ ਆ, ਆਪਣੇ ਸੱਜਣਾ ਮਿੱਤਰਾਂ ਨੂੰ ਨਾਲ ਲੈ ਕੇ 7 ਤਰੀਕ ਨੂੰ ਠੀਕ ਦਿਨ ਦੇ 11 ਵਜੇ ਜੋਗੀ ਦੀ ਧਰਤੀ 'ਤੇ ਪਹੁੰਚਣਾ। ਜਿਹੜਾ 8, 9 ਤੇ 10 ਦਾ ਇਹਦਾ ਪ੍ਰੋਗਰਾਮ ਆ, ਆਪਾਂ ਪ੍ਰਸ਼ਾਸਨ ਨੂੰ ਸੂਚਿਤ ਨਹੀਂ ਕਰਨਾ। ਆਪਣੀ ਰਣਨੀਤੀ ਬਣਾ ਕਰਕੇ ਆਪਾਂ ਫਿਰ ਆਪਣੇ ਤੌਰ 'ਤੇ ਗੁਰੂ ਸਾਹਿਬ ਦੀ ਸਹਿਯੋਗ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ 8, 9 ਤੇ 10 ਦਾ ਜਿਹੜਾ ਦਾ ਜੋਗੇ ਰਲੇ ਦਾ ਪ੍ਰੋਗਰਾਮ ਰੋਕਾਂਗੇ। ਮੇਰੀ ਬੇਨਤੀ ਆ ਕਿ ਆਪਾਂ ਅੱਜ ਗ੍ਰਿਫਤਾਰੀ ਨਹੀਂ ਦੇਣੀ, ਜੇ ਦਿੱਤੀ ਤਾਂ 2 ਦਿਨ ਖਾਲੀ ਮੈਦਾਨ ਹੋ ਜਾਣਾ। ਆਪਾਂ ਖਾਲੀ ਮੈਦਾਨ ਨਹੀਂ ਛੱਡਣਾ। ਅੱਜ ਦਾ ਦਿਨ ਲੰਘ ਗਿਆ, ਕੱਲ੍ਹ ਦਾ ਦਿਨ ਵੀ ਇੱਥੇ ਰਹਿਣਾ, ਅਤੇ ਜੇ ਗ੍ਰਿਫਤਾਰੀ ਆਪਾਂ ਨੂੰ ਦੇਣੀ ਵੀ ਪਈ ਤਾਂ ਆਪਾਂ ਗੁਰੂ ਤੋਂ ਪਰਸੋਂ ਦੇਣੀ ਆ, ਅੱਜ ਤੇ ਕੱਲ੍ਹ ਦੇ ਦਿੰਦੇ। ਬਾਕੀ ਮੈਂ ਆਪਣੇ ਵੱਲੋਂ ਸਭ ਤੇ ਉਧਰ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਇਸ ਪੂਰੇ ਮਸਲੇ ਤੇ ਪਿੰਡ ਗਿੱਦੜਿਆਂ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਠੀਕ ਹੈ ਜੀ, ਹਾਂਜੀ, ਗਦੜਿਆਣੀ ਦੇ ਵਿੱਚ ਜੀ ਸਾਰੇ ਪ੍ਰਸ਼ਾਸਨ ਨੇ ਬੜਾ ਵੱਡਾ ਸਾਥ ਦਿੱਤਾ ਔਰ ਉਤਸ਼ਾਹ ਦੇ ਨਾਲ ਸਾਰਾ ਪ੍ਰੋਗਰਾਮ ਹੋਇਆ। ਬਹੁਤ ਧੰਨਵਾਦ ਹੈ ਸਾਰੇ ਪ੍ਰਸ਼ਾਸਨ ਦਾ। ਹਾਂਜੀ, ਹਾਂਜੀ, ਨਹੀਂ ਜੀ, ਵੇਖੋ ਪ੍ਰਸ਼ਾਸਨ ਦਾ ਫਰਜ਼ ਹੈ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਰੋਕਣ ਵਾਲੇ ਜਿਹੜੇ ਨੇ ਉਹ ਬਾਹਰਲੇ, ਜਿਵੇਂ ਹੁਣ ਭਾਈ ਅਮਰੀਕ ਸਿੰਘ ਅਜਨਾਲਾ ਆਏ ਹੈ, ਉਹਨਾਂ ਨੇ ਅੱਗੇ ਅੰਮ੍ਰਿਤਸਰ ਕਿਹਾ ਤਾਂ ਆਪਾਂ ਅੰਮ੍ਰਿਤਸਰ ਪ੍ਰੋਗਰਾਮ, ਮੈਨੂੰ ਪ੍ਰਸ਼ਾਸਨ ਨੇ ਕਿਹਾ ਕਿ ਭਾਈ ਸਾਹਿਬ ਉਹ ਤਾਂ ਕਮਲੇ ਹੈ ਜੀ, ਗੁੰਡੇ ਬੰਦੇ ਹੈ, ਧੱਕਾ ਕਰਦੇ ਹੈ, ਤੁਸੀਂ ਰੁਕ ਜਾਓ, ਆਪਾਂ ਰੁਕ ਗਏ। ਦੂਜੀ ਵਾਰੀ ਮੈਨੂੰ ਇਹਨਾਂ ਨੇ ਕਿਹਾ ਤਰਨ ਤਾਰਨ ਸਾਹਿਬ, ਕਹਿੰਦੇ ਤੁਸੀਂ ਰੁਕ ਜਾਓ, ਆਪਾਂ ਰੁਕ ਗਏ।
ਆਪਾਂ ਫਿਰ ਰੱਖਿਆ ਪ੍ਰੋਗਰਾਮ ਗੁਰਦਾਸਪੁਰ, ਉੱਥੇ ਵੀ ਰੁਕ ਗਏ। ਹੁਣ ਇਹ ਹੁੰਦਾ ਕਿ ਇਹਨਾਂ ਨੂੰ ਇਹ ਲੱਗਦਾ ਵੀ ਇਹਦੇ ਨਾਲ ਪ੍ਰੋਗਰਾਮ ਵਾਰ ਵਾਰ ਬੰਦ ਕਰਾ ਰਹੇ ਹੈ, ਵਾਰ ਵਾਰ ਧੱਕਾ ਕਰਦੇ ਹੈ, ਅਤੇ ਹੁਣ ਇਹ ਕਰਾਂਗੇ ਆਪਾਂ ਤਾਂ ਥਾਂ ਥਾਂ 'ਤੇ ਚਲੇ ਜਾਣਗੇ। 15 ਬੰਦੇ ਹੁੰਦੇ ਹੈ, ਦੂਸਰੇ ਪਾਸੇ 15,000 ਸੰਗਤ ਸੁਣਨ ਵਾਸਤੇ ਵੀ ਹੁੰਦੀ ਹੈ। ਹਾਂਜੀ, ਸੋ ਇਹਨਾਂ ਦੀ ਗਲਤ ਗੱਲ ਹੈ, ਪ੍ਰਸ਼ਾਸਨ ਦਾ ਫਰਜ਼। ਅਤੇ ਦੇਖੋ ਜੀ, ਅੱਜ ਮੈਂ ਧਮਕੀ ਦਊਂਗਾ ਵੀ ਢੱਡਰੀਆਂ ਵਾਲਾ ਟਕਸਾਲ ਨੂੰ ਧਮਕੀ ਦੇ ਰਿਹਾ ਵੀ ਮੈਂ ਤੁਹਾਨੂੰ ਕਤਲ ਕਰ ਦੂੰ, ਮੈਂ ਮਾਰ ਦੇਣਾ, ਅਸੀਂ ਐਂ ਕਰ ਦਿਆਂਗੇ, ਤਾਂ ਪ੍ਰਸ਼ਾਸਨ ਨੇ ਸਿਕਿਉਰਿਟੀ ਇਹਨਾਂ ਨੂੰ ਵੀ ਦੇਣੀ ਹੈ। ਪ੍ਰਸ਼ਾਸਨ ਦਾ ਫਰਜ਼ ਬਣਦਾ ਕਿਤੇ ਵੀ ਕਿਸੇ ਨਾਲ ਵੀ ਧੱਕਾ ਹੁੰਦਾ, ਚਾਹੇ ਉਹ ਆਮ ਨਾਗਰਿਕ ਹੈ ਚਾਹੇ ਕੋਈ ਖਾਸ ਹੈ, ਬਣਦਾ ਪ੍ਰਬੰਧ ਪ੍ਰਸ਼ਾਸਨ ਨੇ ਕਰਨਾ ਹੁੰਦਾ ਜਿਹੜਾ ਇਹਨਾਂ ਨੇ ਸਾਡੇ ਵਾਸਤੇ ਕੀਤਾ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਸਰਕਾਰਾਂ ਦੇ ਬੰਦੇ ਬਣ ਜਾਂਦੇ ਹਾਂ, ਹੁਣ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਬਚਦਾ, ਜਾਂ ਤਾਂ ਆਪ ਬੈਠੇ ਰਹੀਏ ਇਹਨਾਂ ਇਹ ਵੱਢ ਟੁੱਕ ਕਰ ਜਾਣ ਸਾਡੀ ਆ ਕੇ, ਜਾਂ ਅਸੀਂ ਇਹਨਾਂ ਦਾ ਮੁਕਾਬਲਾ ਕਰੀਏ। ਜੇ ਅਸੀਂ ਆਪ ਮੁਕਾਬਲਾ ਕਰਾਂਗੇ ਤਾਂ ਸਿੱਖ ਲੜਦੇ ਵਧੀਆ ਨਹੀਂ ਲੱਗਦੇ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ। ਮੈਂ ਤਾਂ ਸੋਚਿਆ ਸੀ ਕਿ ਪ੍ਰੋਗਰਾਮ ਅਸੀਂ ਅੱਜ ਰੱਦ ਕਰ ਦਈਏ, ਮੈਂ ਸਟੇਜ 'ਤੇ ਬੋਲਿਆ ਵੀ ਸੀ ਵੀ ਅਸੀਂ ਰੱਦ ਕਰ ਦਈਏ, ਇੱਕ ਦਿਨ ਦਾ ਹੋ ਗਿਆ, ਉਹ ਰੋਕ ਨਹੀਂ ਸਕੇ, ਅਸੀਂ ਆਪਣੀ ਮਰਜ਼ੀ ਨਾਲ ਦੋ ਪ੍ਰੋਗਰਾਮ ਰੱਦ ਕਰ ਦਈਏ, ਪਰ ਸਾਰੀ ਸੰਗਤ ਨੇ ਖੜ੍ਹੇ ਹੋ ਕੇ ਫਿਰ ਕਿਹਾ ਵੀ ਪ੍ਰੋਗਰਾਮ ਤੁਹਾਨੂੰ 2 ਦਿਨ ਦਾ ਕਰਨਾ ਚਾਹੀਦਾ। ਮੈਂ ਨਹੀਂ ਚਾਹੁੰਦਾ ਕਿਉਂਕਿ ਸਾਡੇ ਹੀ ਪੁਲਿਸ ਪ੍ਰਸ਼ਾਸਨ, ਸਾਡੇ ਹੀ ਭਰਾ ਆ, ਹੁਣ ਉਹ ਸਾਰੀ ਸਾਰੀ ਰਾਤ ਖੜ੍ਹੇ ਰਹਿਣ 8-8, 10-10 ਘੰਟੇ, ਅਤੇ ਧਾਰਮਿਕ ਸਮਾਗਮ ਇੱਦਾਂ ਦਾ ਚੰਗਾ ਨਹੀਂ ਲੱਗਦਾ। ਮੈਂ ਤਾਂ ਕੋਸ਼ਿਸ਼ ਕੀਤੀ ਸੀ ਕਿ ਰੁਕ ਜਾਏ, ਪਰ ਸਾਰੀ ਸੰਗਤ ਨੇ ਤੁਹਾਡੇ ਸਾਹਮਣੇ ਖੜ੍ਹੇ ਹੋ ਕੇ ਕਿਹਾ ਵੀ ਪ੍ਰੋਗਰਾਮ ਸਾਨੂੰ ਕਰਨਾ ਚਾਹੀਦਾ, ਇਹਦੇ ਨਾਲ ਉਹਨਾਂ ਬੰਦਿਆਂ ਨੂੰ ਮੂੰਹ ਪੈਂਦਾ, ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ, ਕਿਸੇ ਦਾ ਪ੍ਰੋਗਰਾਮ ਰੋਕਣ ਨਹੀਂ ਜਾਂਦੇ, ਪਰ ਉਹਨਾਂ ਨੂੰ ਇਦਾਂ ਦਾ ਕੰਮ ਕਰਨਾ ਨਹੀਂ ਚਾਹੀਦਾ। ਫਿਰ ਲਗਾਤਾਰ ਧਮਕੀਆਂ ਦੇ ਰਹੇ ਆਈ ਹੈ ਵੀਡੀਓ ਵਿੱਚ, ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਮਹਾਂਪੁਰਖਾਂ ਬਾਰੇ ਕੁਝ ਗਲਤ ਵਿਆਖਿਆ ਕਰਦੇ ਹੋ। ਹਾਂਜੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਾਰੇ ਪ੍ਰੋਗਰਾਮ ਮੇਰੇ ਸਾਰੀ ਸੰਗਤ ਸੁਣਦੀ ਹੈ, ਅਤੇ ਜੇ ਮੈਂ ਇੰਨਾ ਹੀ ਗਲਤ ਬੋਲਦਾ ਤਾਂ ਸੁਣੇਗਾ ਕੋਈ ਕਿਉਂ? ਉਹ ਤਾਂ ਜਿਹੜੀਆਂ ਗੱਲਾਂ ਪਖੰਡ ਨੇ, ਜਿਹੜੀਆਂ ਗੱਲਾਂ ਗਲਤ ਨੇ, ਉਹ ਤਾਂ ਸਾਰੇ ਕਰਦੇ ਨੇ। ਸਾਡਾ ਫਰਜ਼ ਬਣਦਾ ਕਿ ਜਿਹੜੀਆਂ ਸਾਡੇ ਵਿੱਚ ਜਿੱਥੇ ਡੇਰਾਵਾਦ, ਪਖੰਡਵਾਦ, ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ, ਦਿਮਾਗੀ ਪਿੰਗਲੇ ਬਣਾਇਆ ਜਾ ਰਿਹਾ, ਸਾਡਾ ਫਰਜ਼ ਆ ਉਹਦੇ ਉੱਤੇ ਬੋਲੀਏ। ਹੁਣ ਭੰਗਾਂ ਪੀਣੀਆਂ ਸਾਡਾ ਧਰਮ ਕਦੋਂ ਦਾ ਹੋ ਗਿਆ? ਬਲੀਆਂ ਚੜ੍ਹਾਉਣੀਆਂ ਸਾਡਾ ਧਰਮ ਕਦੋਂ ਦਾ ਹੋ ਗਿਆ? ਜਿਸ ਸਮਾਜ ਦੇ ਵਿੱਚ ਧਰਮ ਦੇ ਨਾਂ ਉੱਤੇ ਨਸ਼ੇ ਵੰਡੇ ਜਾਂਦੇ ਹੋਣ, ਉਸ ਸਮਾਜ ਦੇ ਵਿੱਚ ਤੁਸੀਂ ਨਸ਼ਾ ਕਿੱਦਾਂ ਖਤਮ ਕਰ ਦਿਓਗੇ? ਇਸ ਕਰਕੇ ਸਾਨੂੰ ਖੁੱਲ੍ਹ ਕੇ ਗੱਲ ਕਹਿਣੀ ਚਾਹੀਦੀ ਹੈ। ਉਹਨਾਂ ਦੀ ਪ੍ਰੋਬਲਮ ਨਿੱਜੀ ਹੈ, ਕਿਉਂਕਿ ਜ਼ਿਆਦਾ ਭੰਗ ਪੀਣ ਵਾਲੇ ਬੰਦੇ ਵਿੱਚ ਹੈਗੇ ਵੀ ਹੈ, ਉਹਨਾਂ ਨੂੰ ਇਹ ਖਤਰਾ ਆ ਵੀ ਇਹ ਢੱਡਰੀਆਂ ਵਾਲੇ ਇੱਦਾਂ ਦੀ ਗੱਲ ਕਰਦੇ ਆ, ਇਸ ਕਰਕੇ ਉਹ ਕਹਿੰਦੇ ਆ ਵੀ ਅਸੀਂ ਬੋਰੀ ਵਿੱਚ ਪਾ ਕੇ ਅਤੇ ਇੱਦਾਂ ਮਾਰਦੇ ਹੁੰਦੇ ਹਾਂ। ਕਹਿਣਾ ਸਮਝਣਾ ਇਹ ਚਾਹੀਦਾ ਵੀ ਹਾਂ, ਗਲਤੀਆਂ ਨੇ ਸਾਡੀਆਂ, ਅਸੀਂ ਇਹ ਚੀਜ਼ਾਂ ਨੂੰ ਬੰਦ ਕਰੀਏ। ਹਾਂਜੀ, ਨਹੀਂ ਇਹ ਤਾਂ ਧਮਕੀਆਂ ਪਿਛਲੇ 4-5 ਸਾਲਾਂ ਤੋਂ ਸੁਣ ਹੀ ਰਿਹਾ ਜੀ, ਅਤੇ ਉਹ ਤਾਂ ਉਹਨਾਂ ਨੇ ਆਪਣਾ ਕੰਮ ਕਰਨਾ ਹੀ ਹੈ। ਅਸੀਂ ਆਪਣੀ ਜਿਹੜੀ ਜਿੰਨਾ ਕੁ ਪ੍ਰਚਾਰ ਕਰਦੇ ਹਾਂ, ਅਸੀਂ ਕਿਸੇ ਨੂੰ ਸੋਧਾ ਲਾਉਣ ਦੀ ਗੱਲ ਨਹੀਂ ਕਹਿੰਦੇ। ਨਹੀਂ, ਟਕਸਾਲ ਹੁਣ ਤੱਕ ਸਥਾਪਿਤ ਹੈ ਜੀ, ਅੱਜ ਤੱਕ ਕਿਸੇ ਨੇ ਇਹਨਾਂ 'ਤੇ ਸਵਾਲ ਨਹੀਂ ਉਠਾਏ। 20-20 ਸਾਲ ਇਹਨਾਂ ਨੇ ਝੂਠ ਬੋਲਿਆ, ਇਹਨਾਂ 'ਤੇ ਸਵਾਲ ਹੀ ਨਹੀਂ ਕੀਤਾ ਕਿਸੇ ਨੇ ਵੀ ਤੁਸੀਂ ਯਾਰ 20-20 ਸਾਲ ਝੂਠ ਬੋਲੀ ਜਾਂਦੇ ਹਾਂ। ਬਾਬਾ ਜਰਨੈਲ ਸਿੰਘ ਆਉਣਗੇ ਅਜਨਾਲਾ ਤਾਂ ਅਜੇ ਵੀ ਨਹੀਂ ਮੰਨਦਾ, ਉਹ ਤਾਂ ਜੇ ਵੀ ਕਹਿੰਦੇ ਬਾਬਾ ਜਰਨੈਲ ਸਿੰਘ ਨੇ ਆਉਣਾ, ਅੱਜ ਤੱਕ ਗੁੰਮਰਾਹ ਕੀਤਾ, ਅੱਜ ਤੱਕ ਇਹਨਾਂ 'ਤੇ ਕਿਸੇ ਨੇ ਸਵਾਲ ਨਹੀਂ ਕੀਤਾ, ਹੁਣ ਸਵਾਲ ਚੁੱਕੇ ਜਾਣ ਲੱਗੇ ਆ, ਇਸ ਕਰਕੇ ਇਹਨਾਂ ਨੂੰ ਭਰਾਓ। ਹਾਂਜੀ, ਉਹ ਨਹੀਂ ਨਹੀਂ ਸਾਰੀਆਂ ਉਹਨਾਂ ਦੀਆਂ ਬੇਰੇ ਬਰਾਬਰ, ਇੱਕ ਪਾਸੇ ਆਪਾਂ ਪ੍ਰੋਗਰਾਮ ਕਰਦੇ ਹਾਂ, ਉਹ ਦੀਵਾਨ ਸੁਣ ਲਓ, ਉਦੋਂ ਬਾਅਦ ਅਜਨਾਲੇ ਉਹਨਾਂ ਦੀ ਕਥਾ ਸੁਣ ਲਓ, ਜਗ੍ਹਾ ਜਗ੍ਹਾ ਦੇ ਉੱਤੇ ਪਿਛਲੇ ਸਾਲ 'ਚ ਕਿਤੇ ਨਾ ਕਿਤੇ ਕੀਤੀ ਹੋਣੀ ਹੈ, ਉਹ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ। ਆਪਾਂ ਪ੍ਰੈਕਟੀਕਲ ਸੋਚਦੇ ਹਾਂ, ਲੌਜੀਕਲ ਸੋਚਦੇ ਹਾਂ, ਇਹ ਗੈਰ ਕੁਦਰਤੀ ਗੱਲਾਂ ਕਰਦੇ ਨੇ ਸਾਰੀਆਂ, ਗੱਪ ਕਹਾਣੀਆਂ ਬਹੁਤੀਆਂ ਸੁਣਾਉਂਦੇ ਨੇ, ਆਪਾਂ ਨੂੰ ਪਤਾ ਹੀ ਹੈ। ਹਾਂਜੀ, 2 ਦਿਨ ਦਾ ਪ੍ਰੋਗਰਾਮ, ਹਾਂਜੀ, ਚੜ੍ਹਦੀ ਕਲਾ ਨਾਲ ਕਰਾਂਗੇ। ਪ੍ਰਸ਼ਾਸਨ ਦਾ ਧੰਨਵਾਦ ਵੀ ਹੈ ਜਿਨ੍ਹਾਂ ਨੇ ਸਾਡਾ ਬਹੁਤ ਵਧੀਆ, ਇਹ ਸਾਰੇ ਪ੍ਰਸ਼ਾਸਨ ਨੇ ਸੋਹਣਾ ਸਾਥ ਦਿੱਤਾ, ਅਤੇ ਸੰਗਤ ਨੂੰ ਵੀ ਮੈਂ ਬੇਨਤੀ ਕਰਦਾ ਵੀ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀ ਭਰੋ, ਅਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਆਪੋ ਆਪਣੇ ਘਰੋਂ ਕਰੀ ਜਾਓ, ਤੁਸੀਂ ਆਪਣੇ ਪ੍ਰੋਗਰਾਮ ਕਰੋ, ਅਸੀਂ ਕਦੇ ਨਾ ਰੋਕਣ ਗਏ ਹਾਂ ਨਾ ਰੋਕਣ ਜਾਵਾਂਗੇ। ਮੈਂ ਇੱਥੇ ਤੱਕ ਵੀ ਐਲਾਨ ਕਰਦਾ ਕਿ ਸਾਡੇ ਪਰਮੇਸ਼ਰ ਦੁਆਰ ਦੇ ਗੇਟ ਦੇ ਅੱਗੇ ਬਾਹਰਲੇ ਪਾਸੇ ਜਗ੍ਹਾ, ਉੱਥੇ ਪੰਡਾਲ ਲਾਓ, ਰੋਟੀ ਦਾ ਪ੍ਰਬੰਧ ਅਸੀਂ ਕਰਾਂਗੇ, ਅਸੀਂ ਕਿਸੇ ਦਾ ਪ੍ਰੋਗਰਾਮ ਰੋਕਦੇ ਨਹੀਂ, ਅਸੀਂ ਪ੍ਰਸ਼ਾਦੇ ਦਾ ਪ੍ਰਬੰਧ ਕਰਾਂਗੇ, ਟੈਂਟ ਵੀ ਲਾ ਕੇ ਦਿੰਦੇ ਹਾਂ, ਇਹ ਪ੍ਰਚਾਰ ਆਪਣਾ ਕਰਨ। ਜੇ ਮੇਰੀ ਵੀਡੀਓ ਚਲਾ ਲੈਣ, ਜੇ ਉਹ ਮੈਂ ਗਲਤ ਕਰਦਾ ਉਹਦੇ ਬਾਰੇ ਖੁੱਲ੍ਹ ਕੇ ਸੰਗਤ ਨੂੰ ਦੱਸਣ, ਪਰਮੇਸ਼ਰ ਦੁਆਰ ਵੀ ਲਾ ਸਕਦੇ ਆ, ਮੈਂ ਉਹਦੀ ਵੀ ਆਗਿਆ ਦਿੰਦਾ, ਅਸੀਂ ਕਿਸੇ ਦਾ ਪ੍ਰੋਗਰਾਮ ਰੋਕਣ। ਲਗਾਤਾਰ ਕਹਿ ਰਹੇ ਨੇ ਵੀ ਅਸੀਂ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਹਾਂ, ਜੇ ਉਹ ਸਹੀ ਕਰਦੇ ਨੇ ਤਾਂ ਸਾਡੇ ਨਾਲ ਬਹਿ ਕੇ ਗੱਲ ਕਰਨ, ਜੇ ਉਹ ਸਹੀ। ਜੇ ਹੁਣ ਤੁਹਾਨੂੰ ਕੋਈ ਬੰਦਾ ਕਵੇ ਵੀ ਜਾਂ ਤਾਂ ਮੇਰੀ ਇੰਟਰਵਿਊ ਕਰ ਲੈ, ਨਹੀਂ ਤਾਂ ਮੈਂ ਤੈਨੂੰ ਤੇਰੇ ਕੈਮਰੇ ਭੰਨੂ, ਕਿਸੇ ਨਾਲ ਕਿਸੇ ਦੀ ਇੰਟਰਵਿਊ ਨਹੀਂ ਕਰਨ ਦੇਣੀ। ਇਸ ਐਟੀਚਿਊਡ ਵਾਲੇ ਬੰਦੇ ਨਾਲ ਤੁਸੀਂ ਗੱਲ ਕਰੋਗੇ? ਕਦੇ ਵੀ ਨਹੀਂ। ਪ੍ਰੋਬਲਮ ਉਹਨਾਂ ਦੀ ਇਹ ਹੈ, ਉਹ ਕਹਿੰਦੇ ਹੈ ਵੀ ਜਾਂ ਤਾਂ ਵਿਚਾਰ ਕਰ, ਨਹੀਂ ਤਾਂ ਅਸੀਂ ਦੀਵਾਨ ਨਹੀਂ ਲੱਗਣ ਦੇਣੇ। ਪ੍ਰੋਬਲਮ ਇਸ ਐਟੀਚਿਊਡ ਦੀ ਹੈ। ਹੁਣ ਆਪਾਂ ਇੱਥੇ ਬੈਠੇ ਹਾਂ, ਭਾਵੇਂ ਤੁਸੀਂ ਦਿਨ ਰਾਤ ਵਿਚਾਰ ਕਰੋ ਮੇਰੇ ਨਾਲ, ਆਪਾਂ ਗੱਲਾਂ ਕਰਦੇ ਹਾਂ, ਕਰੀਏ ਵਿਚਾਰ ਜਿੰਨੀ ਮਰਜ਼ੀ ਕਰ ਲਓ, ਪ੍ਰੋਬਲਮ ਇਸ ਸੁਭਾਅ ਦੀ ਹੈ। ਜੇ ਕਿ ਬੰਦਾ ਕਵੇ
ਆਪਾਂ ਕਹਾਂਗੇ ਭਾਜਾ ਗੇਟ ਤੋਂ ਬਾਅਦ। ਪ੍ਰੋਬਲਮ ਇਹਨਾਂ ਨਾਲ ਇਹ ਸੁਭਾਅ ਦੀ ਹੈ, ਇਹ ਧੱਕਾ ਕਰਦੇ ਆ, ਅਥੋਰਿਟੀ ਬਣ ਕੇ ਆਉਂਦੇ ਆ, ਵਿਚਾਰ ਕਰਨ ਭਾਵੇਂ 15 ਘੰਟੇ ਬਹਿ ਕੇ ਕਰ ਲੈਣ ਮੈਂ ਕਰਨ ਨੂੰ ਤਿਆਰ ਹਾਂ, ਪਰ ਇਹ ਧੱਕਾ ਕਰਦੇ ਆ। ਉਹ ਤਾਂ ਬਕਵਾਸ ਹੈ ਜੀ, ਸਾਰੀ ਜਗ੍ਹਾ ਦਵਾਣ ਲੱਗੇ, ਅੱਜ ਤੱਕ ਕਦੇ ਇੱਕ ਪੈਸਾ ਨਾ ਮੰਗਿਆ, ਨਾ ਕਦੇ ਕਿਸੇ ਤੋਂ ਲਿਆ, ਆਪਣੀ ਮਰਜ਼ੀ ਨਾਲ ਅਗਲਾ ਤੇਲ ਦਾ ਖਰਚਾ ਦੇਵੇ, ਨਹੀਂ ਵੀ ਦੇਵੇ ਤਾਂ ਵੀ ਨਹੀਂ, ਤਾਂ ਝੂਠ ਹੈ, ਗੱਪ ਬਣਾਇਆ ਹੋਇਆ ਇਹਨਾਂ ਦਾ। ਧੰਨਵਾਦ ਜੀ। ਸਿੱਖ ਪੰਥ ਜਿੱਥੇ ਪਹਿਲਾਂ ਤੋਂ ਹੀ ਕਈ ਮਸਲਿਆਂ ਨਾਲ ਉਲਝਿਆ ਹੋਇਆ, ਉੱਥੇ ਸਿੱਖ ਪ੍ਰਚਾਰਕ ਵਿਚਕਾਰ ਚੱਲ ਰਹੇ ਵਿਵਾਦ ਵੀ ਪੰਥ ਨੂੰ ਢਾਲ ਆ ਰਹੇ ਨੇ, ਜੋ ਸਿੱਖ ਕੌਮ ਦੀ ਗੁਲਾਮੀ ਦਾ ਸੰਕੇਤ ਦੇ ਰਿਹਾ। ਸੋ ਜ਼ਰੂਰਤ ਹੈ ਆਜ਼ਾਦ ਮਨ ਨਾਲ ਸੋਚ ਕੇ ਕੰਮ ਕਰੀਏ, ਤਾਂ ਜੋ ਕੌਮ ਤੇ ਸੂਬੇ ਦਾ ਭਲਾ ਹੋ ਸਕੇ। ਬਿਊਰੋ ਰਿਪੋਰਟ, ਪੰਜਾਬੀ ਟੀਵੀ।